ਜਸਟਿਸ ਜੋਰਾ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੇ ਸਵਾਲਾਂ ਤੋਂ ਪਾਰਟੀ ਔਖੀ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਖਹਿਰਾ ਨਕਾਰਾਤਮਕ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। ਇੱਥੇ ਦੱਸ ਦਈਏ ਕਿ ਖਹਿਰਾ ਨੇ ਸਵਾ ਚੁੱਕਿਆ ਸੀ ਕਿ ਜਸਟਿਸ ਜੋਰਾ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਬੇਦਬੇਦੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਢੁਕਵੀਂ ਰਿਪੋਰਟ ਨਹੀਂ ਸੌਂਪੀ ਸੀ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਤੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਜਸਟਿਸ ਜੋਰਾ ਸਿੰਘ ਵਰਗੇ ਸਾਫ਼ ਅਕਸ ਵਾਲੇ ਲੋਕਾਂ ਦਾ ਪਾਰਟੀ ਵਿੱਚ ਹਮੇਸ਼ਾ ਸਵਾਗਤ ਹੋਏਗਾ। ਜਸਟਿਸ ਜੋਰਾ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 35 ਸਾਲ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਸਮਾਜ ਦੀ, ਪੰਜਾਬ ਦੀ ਔਰ ਇਸ ਮੁਲਕ ਦੀ, ਭਾਰਤ ਦੀ ਬਹੁਤ ਵਧੀਆ ਤਰੀਕੇ ਦੇ ਨਾਲ, ਸਾਫ਼ ਗੋਈ ਦੇ ਨਾਲ, ਇਮਾਨਦਾਰੀ ਦੇ ਨਾਲ, ਇੰਪੈਕੇਬਲ ਰਿਕਾਰਡ ਦੇ ਨਾਲ, ਚਿੱਟੀ ਚਾਦਰ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਹੈ। ਅਜਿਹਾ ਵਿਅਕਤੀ ਜਿਹੜਾ ਕਿਸੇ ਦੇ ਡਰਾਇਆਂ ਧਮਕਾਇਆਂ ਆਪਦੇ ਜਿਹੜੇ ਬੋਸਿਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਕਮਿਸ਼ਨ ਦਾ ਹੈੱਡ ਬਣਾਇਆ ਹੋਵੇ ਅਤੇ ਜੇ ਉਹ ਜੇ ਉਹਨਾਂ ਦੇ ਵੀ ਦਬਾਅ ਦੇ ਵਿੱਚ ਨਹੀਂ ਆਏ ਤਾਂ ਮੈਂ ਸਮਝਦਾ ਕਿ ਅਜਿਹੇ ਸਾਫ਼ ਸੁਥਰੇ ਦਮਦਾਰ ਔਰ ਚੰਗੇ ਅਕਸ ਵਾਲੇ ਲੋਕ ਨੇ ਜਿਹੜੇ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਸੀ, ਹੈ ਅਤੇ ਹਮੇਸ਼ਾ ਰਹੂਗੀ। ਸੁਖਪਾਲ ਸਿੰਘ ਖਹਿਰਾ ਜੀ ਸਾਡੇ ਸਾਥੀ ਰਹੇ ਨੇ, ਪਰ ਮੈਨੂੰ ਅਫਸੋਸ ਹੋਇਆ ਜਦੋਂ ਮੈਂ ਅੱਜ ਉਹਨਾਂ ਦੇ ਇੱਕ ਲਾਈਵ ਵੀਡੀਓ ਦੇਖਿਆ ਕਿ ਉਹ ਅਜਿਹੇ ਵਿਅਕਤੀ ਨੂੰ ਵੀ ਹੱਥ ਠੋਕਾ ਕਹਿ ਰਹੇ ਨੇ। ਇਹ ਕਿਹਾ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਜੀ ਵੱਲੋਂ ਜਸਟਿਸ ਜ਼ੋਰਾ ਸਿੰਘ ਦੇ ਬਾਰੇ ਕਿ ਇਹ ਬਾਦਲਾਂ ਦਾ ਹੱਥ ਠੋਕਾ, ਇਹ ਆਮ ਆਦਮੀ ਪਾਰਟੀ ਦੇ ਦਾ ਸਿਆਸੀ ਦਿਵਾਲੀਆਪਨ ਹੈ।